ਸਾਰਿਆਂ ਦਾ ਕੀ ਹਾਲ ਚਾਲ ਹੈ। ਹੁਣ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਅੱਜ ਚੱਲੇ ਹਾਂ ਫਿਜ਼ੀਓਥੈਰੇਪਿਸਟ ਕੋਲ। ਮੇਰੀ ਜਿਹੜੀ ਆਮ ਸੀਗੀ ਪ੍ਰੈਗਨੈਂਸੀ ਦੇ ਵਿੱਚ, ਹੈ ਨਾ, ਜਿਹੜੀ ਬਾਂਹ ਉਹ ਮੈਂ ਡਿੱਗ ਪਈ ਸੀਗੀ, ਉਹਦੇ ਨਾਲ ਠੁੱਕ ਗਈ ਸੀਗੀ ਕਾਫੀ ਜ਼ਿਆਦਾ। ਅਤੇ ਉਹਦੇ ਲਈ ਸਾਨੂੰ ਰੈਫਰ ਕੀਤਾ, ਹੈ ਨਾ, ਡਾਕਟਰ ਨੇ ਫਿਜ਼ੀਓਥੈਰੇਪਿਸਟ ਕੋਲ। ਅਤੇ ਚਲੋ ਫਿਰ ਚੱਲਦੇ ਹਾਂ। ਕਾਫੀ ਟਾਈਮ ਹੋ ਚੁੱਕਿਆ ਕਿ ਬੱਸ ਵੀ ਨਾ ਲੰਘ ਜਾਵੇ, ਮੈਂ ਬੱਸ 'ਤੇ ਜਾਣਾ ਆ। ਅਤੇ ਫਿਰ ਤੁਹਾਨੂੰ ਦਿੰਦੇ ਹਾਂ ਅਪਡੇਟ। ਆ ਗਏ ਆਪਾਂ ਆਪਣੇ ਘਰੇ। ਇਹ ਵੇਤਾਗ ਦੇਖੋ ਕਿੱਦਾਂ ਦੇਖਦਾ ਮੈਨੂੰ ਕਿ ਮੈਂ ਆ ਗਈ। ਹਾਂਜੀ ਇੱਦਾਂ ਦੇਖਦੇ ਮੈਨੂੰ। ਆਪਾਂ ਆ ਗਏ ਘਰੇ ਹੁਣੇ। ਮੌਸਮ ਬੜਾ ਸੋਹਣਾ ਅੱਜ, ਹੈ ਨਾ। ਅਤੇ ਬਾਹਰ ਹੀ ਉਹਨੇ ਥੋੜ੍ਹੀ ਜਿਹੀ ਐਕਸਰਸਾਈਜ਼ਾਂ ਦੱਸੀਆਂ ਨੇ ਅਤੇ ਕਹਿੰਦੀ ਬਾਕੀ ਆਪਾਂ ਨੈਕਸਟ ਅਪੋਇੰਟਮੈਂਟ 'ਚ ਕਰਾਂਗੇ। ਚਲੋ ਗੇਟ ਖੁੱਲ੍ਹਾ ਹੀ ਪਿਆ ਸੀ। ਚੱਪ ਆ ਕੀ ਕੀਤਾ ਮੰਮੀ ਕੱਪੜਿਆਂ ਦਾ? ਨਹੀਂ ਧੁੱਪੇ ਸੁੱਕਣੇ ਪਾਏ ਨੇ ਬਾਹਰ, ਇੰਨਾ ਥਾਂ ਹੀ ਨਹੀਂ, ਇੱਥੇ ਧੁੱਪ ਲੱਗ ਜੂਗੀ। ਆ ਕੰਮ ਕੀ ਕਰਦਾ? ਚਲੋ ਨੇਲ ਕੱਟੀਏ ਤੇਰੇ ਕੱਪੜੇ। ਦੇਖੋ ਇਹਦੇ ਧੁੱਪ ਨਿਕਲੀ ਆ ਤੇ ਮੰਮੀ ਨੇ ਇੱਥੇ ਸੁੱਕਣੇ ਪਾਤੇ। ਬਾਹਰ ਵੀ ਪਾ ਸਕਦੇ ਸੀ ਮੰਮੀ ਆਪਾਂ, ਪਰ ਥੱਲੇ ਆਵਾਂਗੇ ਜਾਂ ਇੱਥੇ ਬਾਹਰ ਸੇਕ ਜਾ ਪੈਂਦਾ ਸ਼ੀਸ਼ੇ ਵਿੱਚ ਦੀ। ਪਰ ਇਹ ਤਾਂ ਠੀਕ ਆ, ਕਮਰਾ ਵਧੀਆ ਨਾ, ਖੁੱਲਾ ਡੁੱਲਾ ਸ਼ੀਸ਼ੇ। ਹਵਾ ਚੱਲਦੀ ਹੈ ਨਾ ਬਾਹਰ। ਹਾਂ ਇਹ ਤਾਂ ਹੈ। ਤੇ ਸੁੱਕੇ ਹੋਏ ਨੇ, ਮੈਂ ਕਿਹਾ ਚੱਲ ਧੁੱਪ ਜੀ ਲੱਗ ਜੂਗੀ। ਤੇ ਨਹੀਂ ਮੈਂ ਉਹ ਐਂ ਕਹਿੰਦੀ ਸੀਗੀ ਵੀ ਕੀ ਕਹਿੰਦੇ ਹੁੰਦੇ ਆ, ਇਹ ਤਾਂ ਹੈ, ਡਰਾਇਰ ਚ ਪਾਏ ਤਾਂ ਹੋਏ ਸੀਗੇ, ਫਿਰ ਉਹ ਖੋਲਿਆ ਨੀ ਸੀ ਰਾਤ ਡਰਾਇਰ। ਅੱਛਾ ਤਾਂ ਕਰਕੇ। ਚਲੋ ਜੀ ਚਾਹ ਦਿੱਤੀ ਮੰਮੀ ਮੇਰੀ, ਚਾਹ ਲਓ ਜੀ, ਆਪਾਂ ਪੀਣੀ ਚਾਹ ਐਨਕੋ ਦੇ ਕੱਪ ਚ। ਮੰਮੀ ਇਹਦੇ ਨੌ ਵੀ ਕੱਟਣੇ ਆ ਪਤਾ ਅੱਜ। ਫਿਜ਼ੀਓਥੈਰੇਪਿਸਟ ਪਤਾ ਕੀ ਕਹਿੰਦੀ? ਕਹਿੰਦੀ ਟ੍ਰਿਕੀ ਹੈ ਕਾਫੀ ਕੰਮ ਕਹਿੰਦੀ ਤੇਰਾ। ਮੈਡਮ ਕਹਿੰਦੀ, ਮੈਡਮ ਕਹਿੰਦੀ ਬਸ ਅਗਲੀ ਵਾਰ ਆਈ ਕਹਿੰਦੀ 40 ਮਿੰਟ ਦੇ ਸੈਸ਼ਨ ਕਰਾਂਗੇ ਆਪਾਂ। ਤੇ ਗੱਗੂ ਨੇ ਗੰਦੀ ਮੰਡੀ ਵਿੱਚ ਜੋਏ ਬੁੱਝੂ ਲੈ ਓ ਲੈ ਮੇਰੇ ਬੁੱਝੂ ਲੋ 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 ਅੱਖਾਂ ਦੇ ਕੀ ਭਰ ਗਿਆ ਪਾਣੀ ਨਾਲ, ਕੀ ਹੋ ਗਿਆ ਸੀ? ਹਾਂਜੀ ਚੋਕਲੇਟ ਪੁੱਤ ਨਹੀਂ ਖਾਈ ਦੀ, ਕਲੇਸ ਕਰਕੇ ਲਈ ਹੈ ਬੜਾ। ਕੋਈ ਮੰਮੀ ਦੁਬਾਰਾ ਮੰਮੀ ਫੜ ਲੈ ਬੜਾ, ਇੱਕ ਵਾਰੀ ਮੰਮੀ ਇੱਕ ਵਾਰੀ ਫੜੀ। ਦੂਜਾ ਪੈਕਟ ਜੇ ਕਿੱਥੇ ਹੈਗਾ? ਉਹ ਫੇਰ ਦੇ ਆਪਣਾ, ਕੋਈ ਦੇ ਦੇਣੇ ਨੇ। ਹਾਂ ਲੈ ਫੜ ਕੇ, ਆ ਲੈ ਲੈ, ਆ ਲੈ ਲੈ ਲੈ, ਆ ਸੀਗਾ ਉਹ ਦੇ ਦੇ ਗਿਆ, ਆ ਦੇ ਦੇ ਲੈ। ਉਹ ਵੀ ਨਹੀਂ ਦਿੰਦਾ, ਉਹ ਵੀ ਨਹੀਂ ਦਿੰਦਾ, ਫੜ ਲਈ ਆ ਸੀ ਲੈ। ਖੁਰ ਖੁਰ ਕੇ ਮੂੰਹ ਚ ਜਾਂਦੀ ਆ ਥੋੜੀ ਰਹਿ ਗਈ ਕਹਿੰਦਾ। ਓਏ ਗੋਡ ਆਏ ਰੱਬਾ, ਇਹ ਚੋਕਲੇਟ ਕਿੱਡੀ ਕਿੱਡਾ ਸੁਧਾਈ ਹੈ ਨਾ। ਲੈ 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 ਪੁੱਛ ਲੈ, ਲੋ ਲੋ ਗੋਡ ਆਏ ਰੱਬਾ, ਓ ਲੋ 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 ਲੋ। ਚੋਕਲੇਟ ਦੇਣਾ ਨਹੀਂ ਆ ਮੰਮੀ, ਡਾਕਟਰ ਨੇ ਕਿਹਾ ਆ। ਇਹ ਗੁੱਗੂ ਨੇ ਫੜਾਈ ਆ, ਦੰਦੀ ਤੇ ਵੱਢ ਕੇ ਲੈ ਗਿਆ। ਚੋਕਲੇਟ ਦਾ ਮੂੰਹ ਕੌਣ ਲਵੇੜਦਾ ਹੁੰਦਾ? ਕਿੱਧਰ ਗਏ? ਹੈ ਹਾਂਜੀ ਕੀ ਕਰ ਰਹੇ ਹੁੰਦਾ ਨੀ ਦੋਤਾ? ਮੈਂ ਵੀ ਗਏ ਕਰੇ ਸੀ ਇੱਕ ਹੋਰ ਪਾਰਸਲ ਦੀ ਵੇਟ, ਤੇ ਪਾਰਸਲ ਉਹ ਸਾਡੇ ਗਾਂ ਜਾ ਕੇ ਸੀ ਕੋਲ ਧਰਿਆ ਆਇਆ, ਹੈ ਨਾ, ਟੀਮੋ ਤੋਂ ਆਇਆ ਨੈਕਸਟ ਪਾਰਸਲ, ਹੈ ਨਾ ਮੰਮੀ। ਮੈਂ ਕਲੀਅਰ ਕੀਤਾ ਆਪਣਾ ਡਰਾਈਵਿੰਗ ਟੈਸਟ, ਤੇ ਹੁਣ ਆਪਣੇ ਕੋਲ ਪੱਕੇ ਤੌਰ 'ਤੇ ਜਿਹੜਾ ਲਾਇਸੈਂਸ ਹੁੰਦਾ ਨਿਊਜ਼ੀਲੈਂਡ ਦਾ, ਪਹਿਲਾਂ ਆਪਾਂ ਥਿਊਰੀ ਟੈਸਟ ਦਿੱਤਾ ਸੀ, ਹੁਣ ਆਪਾਂ ਡਰਾਈਵਿੰਗ ਟੈਸਟ ਕਲੀਅਰ ਕੀਤਾ ਹੈ, ਅਤੇ ਥੈਂਕ ਗੋਡ ਕਿ ਮੈਂ ਪਹਿਲੀ ਵਾਰ 'ਚ ਕਲੀਅਰ ਕਰ ਲਿਆ। ਅਫਕੋਰਸ ਕਰਨੇ ਸੀ ਕਿਉਂਕਿ ਆਪਣੇ ਜਿਹੜੇ ਗਿੱਲ ਸਾਹਿਬ ਨੇ, ਉਹ ਡਰਾਈਵਿੰਗ ਇੰਸਟਰਕਟਰ ਨੇ, ਅਤੇ ਉਹਨਾਂ ਨੇ ਮੈਨੂੰ ਬੜੇ ਵਧੀਆ ਲੈਸਨ ਦਿੱਤੇ। ਮੈਂ ਪੂਰਾ ਵੀਕ ਲੈਸਨ ਲਈ ਸੀ, ਸਿਰਫ 1 ਘੰਟਾ ਡੇਲੀ ਦਾ, ਉਹ ਵੀ ਨਾਈਟ ਟਾਈਮ,
ਤੇ ਮੈਂ ਆਪਣਾ ਲਾਇਸੈਂਸ ਲੈ ਲਿਆ ਤੇ ਮਿਲ ਗਿਆ ਮੈਨੂੰ ਹਫਤੇ ਬਾਅਦ ਆਪਣੇ ਘਰੇ ਜਿਹੜਾ ਆਪਣਾ ਲਾਇਸੈਂਸ ਆ ਆਜੂਗਾ ਤੇ ਚਲੋ ਜੀ ਫਿਰ ਆਪਾਂ ਸੈਲੀਬ੍ਰੇਟ ਵੀ ਕਰਾਂਗੇ ਗਿੱਲ ਸਾਹਿਬ ਨੇ ਸ਼ਰਤ ਲਾਈ ਸੀ ਵੀ ਜੇ ਤੂੰ ਪਹਿਲੀ ਵਾਰ 'ਚ ਕਲੀਅਰ ਕਰੇਂਗੀ ਤਾਂ ਤੈਨੂੰ ਬਹੁਤ 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 ਘੈਂਟ ਗਿਫਟ ਮਿਲੇਗਾ ਅਤੇ ਮੈਂ ਬਹੁਤ ਐਕਸਾਈਟਡ ਹਾਂ ਆਪਣੇ ਗਿਫਟ ਲਈ ਮੈਨੂੰ ਗਿਫਟ ਮਿਲੇਗਾ ਹੈ ਨਾ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਖੁਸ਼ੀ ਤਾਂ ਹੁੰਦੀ ਹੈ ਨਾ ਲਾਈਕ ਕੋਈ ਵੀ ਆਪਾਂ ਆਪਣਾ ਆਪਾਂ ਕੋਈ ਚੀਜ਼ ਜ਼ਿਆਦਾ ਅਚੀਵ ਕੀਤੀ ਹੈ ਪਹਿਲੀ ਵਾਰੀ 'ਚ ਹੈ ਨਾ ਹੁੰਦਾ ਡਰਾਈਵਿੰਗ ਕਰਨੀ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ ਨਿਊਜ਼ੀਲੈਂਡ 'ਚ ਵੈਸੇ ਰੂਲਸ ਫੋਲੋ ਕਰਨੇ ਪੈਂਦੇ ਆ ਹੈ ਨਾ ਪਰ ਕਈ ਲੋਕਾਂ ਨੂੰ ਤਿੰਨ ਤਿੰਨ ਚਾਰ ਚਾਰ ਵਾਰ ਵੀ ਟੈਸਟ ਦਿੰਦੇ ਆ ਪਰ ਨਹੀਂ ਕਲੀਅਰ ਹੁੰਦੇ ਹੈ ਨਾ ਪਰ ਥੈਂਕ ਗੋਡ ਕਿ ਮੈਂ ਪਹਿਲੀ ਵਾਰੀ 'ਚ ਹੀ ਕਲੀਅਰ ਕਰ ਲਿਆ ਕਿਉਂਕਿ ਰੂਲਸ ਤੁਸੀਂ ਫੋਲੋ ਕਰੋ ਵਧੀਆ ਧਿਆਨ ਨਾਲ ਗੱਡੀ ਚਲਾਓ ਹੈ ਨਾ ਕਾਫੀ ਜ਼ਿਆਦਾ ਧਿਆਨ ਦੇਣਾ ਪੈਂਦਾ ਆ ਤਾਂ ਉਹ ਮਾੜੀ ਮਾੜੀ ਗਲਤੀ ਵੀ ਇੱਦਾਂ ਨੋਟ ਕਰਦੇ ਆ ਤੁਹਾਡੀ ਤੁਸੀਂ ਕੁਛ ਵੀ ਕਰਦੇ ਹੋ ਇੱਦਾਂ ਚਲੋ ਹੁਣ ਦੇਖਦੇ ਹਾਂ ਕਿ ਅਗਮ ਕੀ ਕਰਦਾ ਆ ਰਜਾਈ ਬਹੁਤ ਜਿਆਦਾ ਨਿੱਘੀ ਆ ਰਜਾਈ ਮੇਰੀ ਜਿਹੜੀ ਸੀਗੀ ਡੈਡੀ ਨੇ ਮੈਨੂੰ ਵਿਆਹ ਵੇਲੇ ਦਵਾਈ ਸੀ ਹੈਨਾ ਮੰਮੀ ਬਹੁਤ ਜਿਆਦਾ ਸੋਫਟ ਆ ਨਿੱਘੀ ਆ ਤੇ ਇਹਦਾ ਜਿਹੜਾ ਆਪਾਂ ਕਵਰ ਆ ਉਹ ਧੋਤਾ ਕੱਲ ਰਾਤੀ ਜੇ ਉਹਨੂੰ ਥੋੜਾ ਧੁੱਪੇ ਪਾਇਆ ਧੁੱਪ ਵਧੀਆ ਨਿਕਲੀ ਹੋਈ ਅੱਜ ਮੰਮੀ ਚੱਲੀਏ ਆਪਾਂ ਮੋਲ ਚਲ ਚੱਲੀਏ ਦਿਲ ਤਾਂ ਨਹੀਂ ਕਰ ਰਿਹਾ ਤੇ ਠੰਡ ਲੱਗੀ ਹੋਈ ਸੀ ਬਹੁਤ ਜ਼ਿਆਦਾ ਬੁਰਾ ਹਾਲ ਸੀਗਾ ਉੱਠਿਆ ਨਹੀਂ ਜਾਂਦਾ ਸੀ ਪਰ ਫਿਰ ਵੀ ਉਹ ਕੱਲ ਮੈਂ ਡੇਢ ਘੰਟਾ ਮਤਲਬ ਸਰੀਰ ਬਹੁਤ ਜ਼ਿਆਦਾ ਖਰਾਬ ਸੀਗਾ ਮੈਂ ਫਿਰ ਵੀ ਡੇਢ ਘੰਟਾ ਡਰਾਈਵਿੰਗ ਕਰਕੇ ਆਈ ਹੈਨਾ ਤਾਂ ਵਧੀਆ ਉਹ ਮੇਰੇ ਲਈ ਵਧੀਆ ਇੱਕ ਪਲੱਸ ਪੁਆਇੰਟ ਸੀ ਕਿ ਮੈਂ ਪਹਿਲਾਂ ਹੀ ਹੈਨਾ ਮੰਮੀ ਜਾ ਆਈ ਹੈਨਾ ਮੈਂ ਵਧੀਆ ਕੀਤਾ ਮੈਂ ਬਹੁਤ ਜ਼ਿਆਦਾ ਵਧੀਆ ਕੀਤਾ ਕਿ ਮੈਂ ਡੇਢ ਘੰਟਾ ਡਰਾਈਵਿੰਗ ਕਰਕੇ ਆਈ ਰਾਤ ਨੂੰ ਹੈਨਾ ਕਿਉਂਕਿ ਤਬੀਅਤ ਵੀ ਠੀਕ ਨਹੀਂ ਸੀ ਪਰ ਅੱਜ ਪਹਿਲਾਂ ਮੰਮਾ ਬਿਮਾਰ ਹੋਏ ਫਿਰ ਮੈਂ ਬਿਮਾਰ ਹੋਈ ਹਾਂ ਮੈਂ ਹਜੇ ਠੀਕ ਹੋਈ ਨਹੀਂ ਚੰਗੀ ਤਰ੍ਹਾਂ ਕਿ ਗਿੱਲ ਸਾਹਿਬ ਬਿਮਾਰ ਹੋ ਗਏ ਵਿਚਾਰੇ ਹਨਾ ਉਹ ਅੱਜ ਮਸਾਂ ਮੁਸ਼ਕਿਲ ਨਾਲ ਲੈਸਨ ਦੇਣ ਗਏ ਪਹਿਲਾਂ ਮੇਰਾ ਟੈਸਟ ਤੋਂ ਆ ਕੇ ਲੈ ਕੇ ਆਏ ਫਿਰ ਉਹ ਹੁਣ ਲੈਸਨ ਦੇਣ ਗਏ ਆ ਹਾਂਜੀ ਕਿਉਂ ਰੌਲਾ ਪਾਇਆ ਕਾਤੋਂ ਚੱਕਾ ਚਲੋ ਫਿਰ ਚਲੋ ਬਾਹਰ ਚੱਲੀਏ ਚੱਲੀਏ ਆਪਾਂ ਹਾਂਜੀ ਚੱਕਾ ਹੁਣ ਇਹਦੇ ਢੰਗ ਸਟਾਰਟ ਹੋ ਗਏ ਵੀ ਮੈਨੂੰ ਚੱਕੋ ਹਨਾ ਮੰਮੀ ਚੱਕਾ ਤੈਨੂੰ ਨਹੀਂ ਮੈਂ ਨੀ ਚੱਕਣਾ ਕੀ ਤੂੰ ਗੰਦਾ ਆ ਪੈਰ ਚੱਕਣ ਲੱਗੀ ਹੁੰਦਾ ਹਾਂ ਇਹ ਰੌਲਾ ਪਾਉਣ ਨਾਲ ਤੈਨੂੰ ਇਹਦੇ ਚ ਸ਼ਕਤੀ ਨੀ ਮਿਲਦੀ ਤੂੰ ਇਹਦੇ ਪੈਰ ਚੱਕ ਲੈਣਾ ਆ ਨਾਨੀ ਬੇਬੀ ਨੇ ਕੀ ਕਰਤਾ ਕਮਰੇ ਦਾ ਗਾਹ ਪਾ ਛੱਡੇ ਕਮਰਾ ਸੈੱਟ ਕਰ ਲਈਏ ਥੋੜਾ ਬਹੁਤਾ ਇਹ ਮੰਮੀ ਦਾ ਬੈਡ ਆ ਮੰਮੀ ਆਪਣੇ ਕੋਲ ਇੱਦਾਂ ਪੈਂਦੀ ਇੱਥੇ ਬੈਡ ਤੇ ਮੰਮੀ ਆਪਦਾ ਗਦੈਲਾ ਲੈ ਕੇ ਜਿਹੜਾ ਥੱਲੇ ਵਿਛਾਇਆ ਹੋਇਆ ਪ੍ਰੋਪਰ ਪੂਰਾ ਘੈਂਟ ਇਹ ਉੱਪਰ ਦੀ ਨਿੱਘੀ ਜੀ ਇਹਦੇ ਚਾਦਰ ਵਿਛਾਈ ਹੋਈ ਹੈ ਮੰਮਾ ਨੇ ਇੱਦਾਂ ਮੰਮੀ ਕਹਿੰਦੀ ਮੈਨੂੰ ਨੀ ਇੱਧਰਲੇ ਪਸੰਦ ਆਉਂਦੇ ਮੈਂ ਤਾਂ ਆਪਦਾ ਹੀ ਲੈ ਕੇ ਆਊਂਗੀ ਇੰਡੀਆ ਤੋਂ ਮੰਮੀ ਫਿਰ ਆਪਦਾ ਲੈ ਕੇ ਆਈ ਹੈ ਇੱਧਰ ਪ੍ਰੋਪਰ ਪੂਰਾ ਘੈਂਟ ਬਿਸਤਰਾ ਹੈ ਮੰਮੀ ਸਾਰੇ ਕਮਰੇ ਦੀ ਬੰਬ ਬੋਲੀ ਪਈ ਆ ਇਹ ਤਾਂ ਪੂਰਾ ਮਤਲਬ ਸਹੀ ਕਰਨਾ ਕਮਰਾ ਚੰਗੀ ਤਰ੍ਹਾਂ ਕਿਉਂਕਿ ਦੂਸਰੇ ਕਮਰੇ ਤਾਂ ਸਹੀ ਹੈਗੇ ਹੀ ਆ ਇਹ ਵਾਲਾ ਕਰਨ ਵਾਲਾ ਹਨਾ ਮੋਲ ਜਾ ਕੇ ਤੇ ਫਿਰ ਨਾਲੇ ਮੰਮੀ ਪਤਾ ਨਾ ਦੁੱਧ ਲੈ ਕੇ ਆਉਣਾਗਾ ਚੱਲੀਏ ਠੰਡ ਵੀ ਹੋ ਰੱਖੀ ਹੈ ਬਹੁਤ ਜ਼ਿਆਦਾ ਠੰਡ ਲੱਗੀ ਹੈ ਮੈਨੂੰ ਮੈਨੂੰ ਨਿਊਜ਼ੀਲੈਂਡ 'ਚ ਪਹਿਲਾਂ ਤਾਂ ਪਹਿਲੀ ਵਾਰ ਠੰਡ ਲੱਗੀ ਆ ਨਾ ਕਿਉਂਕਿ ਡਿਲੀਵਰੀ ਤੋਂ ਬਾਅਦ ਬੋਡੀ ਉੱਦਾਂ ਦੀ ਨਹੀਂ ਰਹਿੰਦੀ ਆਪਣੀ ਹੈ ਨਾ ਜਿੱਦਾਂ ਦੀ ਆਪਾਂ ਸੋਚਦੇ ਹਾਂਗੇ ਕਾਫੀ ਚੀਜ਼ਾਂ ਚੇਂਜ ਹੋ ਜਾਂਦੀਆਂ ਨੇ ਬੋਡੀ ਸਟਰਕਚਰ ਚੇਂਜ ਹੋ ਜਾਂਦਾ ਆ ਹੈਲਥ ਵਾਈਜ਼ ਸਾਰਾ ਹੈ ਨਾ ਕੁਛ ਚੇਂਜ ਹੋ ਜਾਂਦਾ ਮੇਰੀਆਂ ਤਾਂ ਸਟਿਲ ਹਜੇ ਤੱਕ ਵੀ ਫਿਜੀਓਥੈਰਾਪਿਸਟ ਦੀਆਂ ਅਪੁਆਇੰਟਮੈਂਟ ਚੱਲ ਰਹੀਆਂ ਨੇ ਜਿਹੜੀਆਂ ਮੈਨੂੰ ਉਹਨਾਂ ਨੇ ਇੰਜਰੀ ਹੋਣ ਤੋਂ ਬਾਅਦ ਦਿੱਤੀਆਂ ਸੀ ਉਹਨਾਂ ਨੇ ਮੈਨੂੰ ਹੋਸਪਿਟਲ ਦਿੱਤਾ ਸੀ ਉਹਨਾਂ ਨੇ ਮੈਨੂੰ ਲੈਟਰ ਦਿੱਤਾ ਸੀਗਾ ਜਦੋਂ ਮਤਲਬ ਅਗਮ ਡਿਲੀਵਰ ਹੋਇਆ ਸੀ ਜਿਸ ਦਿਨ ਮੈਂ ਮੇਰੀ ਡਿਲੀਵਰੀ ਸੀਗੀ ਉਸ ਦਿਨ ਉਹਨਾਂ ਨੇ ਹੋਸਪਿਟਲ ਵਾਲਿਆਂ ਨੇ ਮੈਨੂੰ ਦੇ ਰਿਲੇਟਡ ਦਿੱਤਾ ਸੀ ਕਿ ਸੋਰੀ ਤੁਹਾਡੇ ਨਾਲ ਇੱਦਾਂ ਦੀ ਇੰਜਰੀ ਹੋਈ ਅਸੀਂ ਤੁਹਾਡੀ ਕੋਈ ਵੀ ਹੈਲਪ ਉਹਨਾਂ ਨੇ ਕਿਹਾ ਸੀ ਕਿ ਅਸੀਂ ਤੁਹਾਡੀ ਕੋਈ ਵੀ ਹੈਲਪ ਜੇ ਅਸੀਂ ਕਰ ਸਕਦੇ ਹੋਈ ਤਾਂ ਅਸੀਂ ਜ਼ਰੂਰ ਕਰਾਂਗੇ ਤਾਂ ਇਸ ਕਰਕੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਹੁਣ ਫਿਰ ਮੇਰੇ ਮਤਲਬ ਇੱਦਾਂ ਦਿੱਤੀ ਹੈ ਕਿ ਮੇਰੀ ਬਾਂਹ ਦੇ ਵਿੱਚ ਵੀ ਜਿਹੜਾ ਹੈ ਨਾ ਪ੍ਰੋਬਲਮ ਆ ਗਈ ਸੀ ਇਹ ਬਾਂਹ ਜਿਹੜਾ ਮੋਢਾ ਅਤੇ ਜਿਹੜੀ ਆਮ ਹੈ ਮੇਰੀ ਉਹ ਬਿਲਕੁਲ ਮੈਂ ਸਟੇਟ ਨਹੀਂ ਕਰ ਸਕਦੀ ਇਹਨੂੰ ਪ੍ਰੋਪਰ ਹੈ ਨਾ ਤਾਂ ਕਾਫੀ ਪ੍ਰੋਬਲਮ ਆਉਂਦੀ ਹੈ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਇਟਸ ਅ ਪਾਰਟ ਆਫ ਦਾ ਲਾਈਕ ਡਿਲੀਵਰੀ ਐਂਡ ਪ੍ਰੈਗਨੈਂਸੀ ਤਾਂ ਉਹਨੂੰ ਅਸੀਂ ਟ੍ਰੀਟ ਕਰਾਂਗੇ ਤਾਂ ਬਹੁਤ ਵਧੀਆ ਗੱਲ ਲੱਗੀ ਇਹਨਾਂ ਦੀ ਪਹਿਲਾਂ ਤਾਂ ਉਹਨਾਂ ਨੇ ਇੰਨਾ ਧਿਆਨ ਨਹੀਂ ਦਿੱਤਾ ਬਟ ਠੀਕ ਹੈ ਬਾਅਦ 'ਚੋਂ ਇੰਨਾ ਧਿਆਨ ਦੇ ਰਹੇ ਆ ਵਧੀਆ ਹੈ ਨਾ ਤਾਂ ਮੈਨੂੰ ਕਾਫੀ ਅੱਛਾ ਲੱਗਿਆ ਇਸ ਚੀਜ਼ ਦੇਖ ਕੇ ਵੀ ਤਾਂ ਚਲੋ ਹੋਪਫੁਲੀ ਆਪਾਂ ਹੈ ਨਾ ਸਭ ਕੁਛ ਸਹੀ ਹੋ ਜਾਵੇ ਪਰਮਾਤਮਾ ਡਾਕਟਰਾਂ ਕੋਲ ਜਾਣ ਦਾ ਕਿਤੇ ਦਿਲ ਕਰਦਾ ਹੈ ਨਾ
ਤਾਂ ਉਹਦੇ ਲਈ ਤੇ ਮੈਂ ਆਪਣੀ ਜੋਬ ਤੋਂ ਵੀ ਰਿਜ਼ਾਈਨ ਦਿੱਤਾ ਆ ਕਿਉਂਕਿ ਮੈਂ ਇੰਡੀਆ ਜਾਣਾ ਆ ਤੇ ਫਿਰ 1 ਸਾਲ ਤੋਂ ਉੱਪਰ ਹੋ ਜਾਏਗਾ ਅਗਰ ਮੇਰੇ ਬਿਨਾਂ ਨਹੀਂ ਸਾਰਦਾ ਹਜੇ ਤੱਕ ਉਹ ਓਵਰ ਸੋਲਿਡ ਫੂਡ ਨਹੀਂ ਖਾਣ ਲੱਗਿਆ ਤਾਂ ਕੱਲ ਅਸੀਂ ਬੈਠੇ ਬੈਠੇ ਨੇ ਮੈਂ ਤੇ ਅਨਜੇ ਨੇ ਡਿਸਾਈਡ ਕੀਤਾ ਭਾਜੀ ਸਾਨੂੰ ਬਹੁਤ ਵਧੀਆ ਲੱਗਿਆ ਉਹਨਾਂ ਨਾਲ ਕੰਮ ਕਰਕੇ ਮੈਨੂੰ ਜਿਹਨਾਂ ਨਾਲ ਕੰਮ ਕਰਦੀ ਸੀ ਮੈਨੂੰ ਬਹੁਤ ਵਧੀਆ ਐਕਸਪੀਰੀਅੰਸ ਗੇਨ ਕੀਤਾ ਕਾਫੀ ਕੁਛ ਹੈ ਨਾ ਜੋਬ ਬਾਰੇ ਤਾਂ ਅਚਾਨਕ ਬੈਠੇ ਬੈਠਿਆਂ ਨੇ ਗਿੱਲ ਸਾਹਿਬ ਨੇ ਡਿਸਾਈਡ ਕੀਤਾ ਕਿ ਗੱਗੂ ਤੈਨੂੰ ਰਿਜ਼ਾਈਨ ਦੇ ਦੇਣਾ ਚਾਹੀਦਾ ਆ ਬਿਕੋਜ਼ ਆਫ ਜ਼ਿਆਦਾ ਆਪਾਂ ਇੱਦਾਂ ਨਹੀਂ ਹੈ ਨਾ ਰੋਕ ਸਕਦੇ ਨੇ ਜ਼ਿਆਦਾ ਟਾਈਮ ਆਪਾਂ ਨਹੀਂ ਖੜਾ ਸਕਦੇ ਕਿਸੇ ਨੂੰ ਜ਼ਿਆਦਾ ਟਾਈਮ ਰੋਕ ਨਹੀਂ ਸਕਦੇ ਆਪਾਂ ਤਾਂ ਕੋਈ ਗੱਲ ਨਹੀਂ ਵੀ ਜੇ ਉੱਤਰ ਦਿਲ ਕਰੇਗਾ ਤਾਂ ਉਦੋਂ ਵਾਪਸ ਚਲੀ ਜਾਈ ਹੈ ਨਾ।